ਹਿਜਰ ਦਾ ਦਰਦ ਜਗਾਉਂਦਾ ਏ ਸੂਫੀ ਸੰਗੀਤ, ਉਸ ਸੱਚੇ ਰੱਬ ਨਾਲ ਮਿਲਾਉਂਦਾ ਏ ਸੂਫੀ ਸੰਗੀਤ। ਤਾਂ ਲਓ ਜਿਵੇਂ ਰੱਬ ਦੀ ਬੰਦਗੀ ਵਿੱਚ ਗਾਏ ਜਾਣ ਵਾਲੇ ਸੂਫੀ ਸੰਗੀਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਤੇ ਸਭ ਤੋਂ ਪਹਿਲਾਂ ਸੱਦਾ ਦਿੰਦੇ ਹਾਂ ਜੀ ਇਸ ਮੰਚ ਦੇ ਉੱਤੇ ਸਾਡੀ ਮਿਰਚੀ ਸਿਮਰਨ ਨੂੰ। ਸਤਿ ਸ਼੍ਰੀ ਅਕਾਲ ਜੀ। ਲਓ ਜੀ, ਤੁਹਾਡੀ ਸਿਮਰਨ ਅੱਜ ਪਹੁੰਚ ਚੁੱਕੀ ਹੈ ਟੌਪ 6 ਦੇ ਵਿੱਚ। ਅੱਜ ਸਾਡਾ ਸੂਫੀ ਰਾਊਂਡ ਹੈ ਤੇ ਮੈਨੂੰ ਪੂਰਾ ਕੌਨਫੀਡੈਂਸ ਹੈ ਕਿ ਮੈਂ ਗ੍ਰੈਂਡ ਫਾਈਨਲ ਤੱਕ ਜ਼ਰੂਰ ਜਾਵਾਂਗੀ। ਕਲਕਾ
ਸਾਡੀ ਮਿਰਚੀ ਸਿਮਰਨ ਜਜਿਸ ਮੈਨੂੰ ਇੱਕ ਗੱਲ ਲੱਗ ਰਹੀ ਸੀ ਜਦੋਂ ਇਹ ਪਰਫਾਰਮ ਕਰ ਰਹੀ ਸੀ ਮੈਨੂੰ ਐਂ ਲੱਗ ਰਹੀ ਹੈ ਕਿ ਛੋਟੀ ਜੁੱਤੀ ਨੂੰ ਰਹੇ ਹੈ ਨਾ ਉਵੇਂ ਸਟਾਈਲ ਉਵੇਂ ਗਾ ਰਹੀ ਸੀ ਹੈ ਨਾ ਥੋੜ੍ਹਾ ਥੋੜ੍ਹਾ ਸੀਗਾ ਨਾ ਸੋ ਜਜਿਸ ਤੁਹਾਡੇ ਤੋਂ ਪੁੱਛਣਾ ਚਾਹਾਂਗੇ ਕਿ ਇਹੋ ਜਿਹੀ ਰਹੀ ਸੀ ਇਹਨਾਂ ਦੀ ਪਰਫਾਰਮੈਂਸ ਸਿਮਰਨ ਨੇ ਕੋਸ਼ਿਸ਼ ਬਹੁਤ ਅੱਛੀ ਕੀਤੀ ਬਟ ਤੁਸੀਂ ਵਰਡਿੰਗਸ ਜੋ ਲਿਰਿਕਸ ਬੋਲ ਨੇ ਗਾਣੇ ਦੇ ਉਹ ਤੁਸੀਂ ਕਾਫੀ ਜਗ੍ਹਾ ਮਿਸ ਵੀ ਕੀਤੇ ਕੁਝ ਗਲਤ ਵੀ ਕਹੇ ਸੂਫੀਜ਼ਮ ਐਸਾ ਸਬਜੈਕਟ ਹੈ ਪੁੱਤਰ ਉਹ 'ਚ ਤੁਸੀਂ ਕਰੈਕਟ ਸ਼ਬਦ ਹੀ ਯੂ ਸ਼ੁੱਡ ਸੇ ਆਲਵੇਜ਼ ਕਰੈਕਟ ਰਾਈਟ ਵਰਡਸ ਉਹ ਬਹੁਤ ਜ਼ਰੂਰੀ ਹੁੰਦਾ ਬਟ ਅੱਜ ਤੁਸੀਂ ਜ਼ਿਆਦਾ ਗਾਉਣ ਦੇ ਚੱਕਰ 'ਚ ਪੁੱਤਰ ਥੋੜ੍ਹਾ ਗਾਣਾ ਖਰਾਬ ਵੀ ਕੀਤਾ ਆਪਣਾ ਉਮੀਦ ਕਰਦਾ ਕਿ ਤੁਸੀਂ ਅਗਲੀ ਵਾਰੀ ਇੰਨਾ ਡਿਸਪੁਆਇੰਟ ਨਹੀਂ ਕਰੋਗੇ ਕੰਠ ਕਲੀਅਰ ਜੀ ਹਾਏ ਸਿਮਰਨ ਠੀਕ ਹੋ ਹਾਂਜੀ ਸਰ ਇੱਕ ਦੋ ਜਗ੍ਹਾ ਭੁੱਲ ਗਏ ਨਾ ਤਾਂਗ ਦੇ ਥਾਂ ਸਾਂਝ ਹੋ ਗਿਆ ਪਰ ਥੋੜ੍ਹਾ ਥੋੜ੍ਹਾ ਨਿਰਾਸ਼ ਹੋਏ ਅਸੀਂ ਕਿ ਤੁਹਾਡੇ ਜਿੰਨੇ ਵੀ ਹੁਣ ਤੱਕ ਤੁਸੀਂ ਗਾਣੇ ਪਰਫੋਰਮ ਕੀਤੇ ਆ ਜੋ ਵੀ ਰਾਊਂਡ ਦੇ ਵਿੱਚ ਕੀਤੇ ਆ ਉਹ ਬਹੁਤ ਵਧੀਆ ਕੀਤੇ ਆ ਅਤੇ ਆਸ ਸਾਡੀ ਥੋੜ੍ਹੀ ਜਿਹੀ ਹੋਰ ਵੱਧ ਜਾਂਦੀ ਤੁਹਾਡੇ ਤੋਂ ਪਰ ਅੱਗੇ ਤੋਂ ਧਿਆਨ ਰੱਖਿਓ ਸ਼ੁਕਰੀਆ ਜੀ ਰੋਸ਼ਨ ਜੀ ਐਕਚੁਲੀ ਇਹ ਉਹ ਹੁਣ ਰਾਊਂਡ ਹੈ ਉਹ ਮੁਕਾਮ ਹੈ ਇਸ ਕੰਪੀਟੀਸ਼ਨ ਦਾ ਜਿੱਥੇ ਹੁਣ ਤੁਹਾਡੀ ਵਰਸਟੈਲਿਟੀ ਜਿਹੜੀ ਉਹ ਚੈੱਕ ਕੀਤੀ ਜਾਏਗੀ ਕਿ ਤੁਸੀਂ ਅਲੱਗ ਅਲੱਗ ਤਰ੍ਹਾਂ ਦੇ ਗਾਣੇ ਕਿੰਨੇ ਕੁ ਵਧੀਆ ਤਰੀਕੇ ਨਾਲ ਗਾ ਸਕਦੇ ਹੋ ਇਹ ਸੂਫੀ ਗਾਣਾ ਹਰ ਕਿਸੇ ਦੇ ਵੱਸ ਨਹੀਂ ਹੁੰਦਾ ਜਿਵੇਂ ਗਾਇਆ ਤੁਸੀਂ ਬਹੁਤ ਅੱਛਾ ਸੀ ਆਪਣੇ ਵੱਲੋਂ ਵਧੀਆ ਕੋਸ਼ਿਸ਼ ਕੀਤੀ ਹੈ ਥੈਂਕ ਯੂ ਸੋ ਮੱਚ ਸ਼ੁਕਰੀਆ ਜੀ ਸਾਡੇ ਸੈਲੀਬ੍ਰਿਟੀ ਗੈਸਟ ਲਖਵਿੰਦਰ ਵਡਾਲੀ ਜੀ ਸਿਮਰਨ ਸੁਰ ਸੱਚੀ ਚੀਜ਼ ਦਾ ਨਾਮ ਹੈ ਅਤੇ ਉਸ ਸੱਚੇ ਦੀ ਮਿਹਰਬਾਨੀ ਨਾਲ ਲੱਗਦਾ ਅੱਗੇ ਅੱਗੇ ਜਿਵੇਂ ਜਿਵੇਂ ਤੁਸੀਂ ਗਾਉਂਦੇ ਜਾਣਾ ਜਿਵੇਂ ਜਿਵੇਂ ਤੁਸੀਂ ਸਿੱਖਦੇ ਜਾਣਾ ਕੋਸ਼ਿਸ਼ ਕਰਨੀ ਹੈ ਕਿ ਹੋਰ ਮਿਹਨਤ ਕਰੋ ਔਰ ਵਧੀਆ ਗਾਓ ਰੂਹ ਨਾਲ ਗਾਓ ਇੱਦਾਂ ਹੀ ਮਿਹਨਤ ਕਰਦੇ ਰਹੋ ਚਾਹੁੰਦੇ ਰਹੋ ਸ਼ੁਕਰੀਆ ਜੀ ਕਿੱਡੂ ਭਾਅ ਜੀ ਬਹੁਤ ਵਧੀਆ ਸਿਮਰਨ ਜਿਸ ਤਰ੍ਹਾਂ ਲਖਵਿੰਦਰ ਉਹਨਾਂ ਨੇ ਆਉਂਦੇ ਹੀ ਕਿਹਾ ਕਿ ਰਾਗ ਰਸੋਈ ਪਗੜੀ ਕਭੀ ਕਭੀ ਬਣ ਜਾਏ ਚਿੰਤਾ ਨਹੀਂ ਕਰਨੀ ਪੁੱਤਰ ਵੈਰੀ ਗੁੱਡ ਸ਼ਾਬਾਸ਼ ਸ਼ੁਕਰੀਆ ਕਿੱਡੂ ਜੀ ਸ਼ੁਕਰੀਆ ਜੱਜ ਸਾਹਿਬ ਆਓ ਜੀ ਫਿਰ ਬੱਚੀ ਸਿਮਰਨ